ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ ਔਰ ਵਿਚਾਰ ਵਟਾਂਦਰਾ ਕਰ ਰਹੇ ਹਾਂ। ਅੱਜ ਦਾ ਮੁੱਦਾ ਅਸੀਂ ਕਰ ਰਹੇ ਹਾਂ, ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਇੱਕ ਨਵਾਂ ਆਦੇਸ਼ ਜਾਰੀ ਕੀਤਾ ਗਿਆ। ਦੋ ਪਹੀਆ ਵਾਹਨ ਵਾਲੇ ਸਾਰੇ ਔਰਤਾਂ ਲਈ ਹੈਲਮਟ ਜਿਹੜਾ ਉਹ ਲਾਜ਼ਮੀ ਕੀਤਾ ਗਿਆ। ਸਿਰਫ ਦਸਤਾਰ ਧਾਰੀ ਸਿੱਖ ਔਰਤਾਂ ਨੂੰ ਛੋਟ ਹੈ ਅਤੇ ਉਸ ਤੋਂ ਇਲਾਵਾ ਸਿੱਖ ਧਾਰਮਿਕ ਸੰਸਥਾਵਾਂ ਇਸ ਫੈਸਲੇ 'ਤੇ ਇਤਰਾਜ਼ ਕਰਦੀਆਂ ਹਨ ਕਿ ਜਿਹੜੀਆਂ ਹੋਰ ਮਹਿਲਾਵਾਂ ਹਨ, ਸਾਡੀ ਭੈਣਾਂ ਹਨ, ਮਾਤਾ ਹਨ, ਉਹ ਵੀ ਇਤਰਾਜ਼ ਕਰਦੀਆਂ ਹੋਈਆਂ ਨਜ਼ਰ ਆ ਰਹੀਆਂ ਹਨ ਕਿ ਅਸੀਂ ਹੈਲਮਟ ਨਹੀਂ ਪਹਿਨਾਂਗੇ। ਇਸਤਰੀ ਅਕਾਲੀ ਦਲ ਨੇ ਵੀ ਇਸ ਮੁਤਲਕ ਆਪਣਾ ਵਿਰੋਧ ਜਿਹੜਾ ਉਹ ਜ਼ਾਹਿਰ ਕੀਤਾ। ਬੀਬੀ ਜਗੀਰ ਕੌਰ 12 ਜੁਲਾਈ ਨੂੰ ਔਰਤਾਂ ਦੇ ਨਾਲ ਮਿਲ ਕੇ, SG ਮੈਂਬਰਾਂ ਦੇ ਨਾਲ ਮਿਲ ਕੇ ਉਹਨਾਂ ਨੇ ਇੱਕ ਮੀਟਿੰਗ ਬੁਲਾਈ ਹੈ ਔਰ ਇਸ ਮੁਤਲਕ ਉਹ ਆਪਣੀ ਗੱਲ ਵੀ ਰੱਖਣਗੇ। ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਇਸ ਮੁੱਦੇ 'ਤੇ ਲੋਕਾਂ ਦੀ ਡਿਮਾਂਡ ਹੈ ਕਿ ਦਖਲ ਦੇਣਾ ਚਾਹੀਦਾ। ਪਿਛਲੇ 3 ਸਾਲਾਂ ਵਿੱਚ ਮੈਂ ਤੁਹਾਨੂੰ ਰਿਪੋਰਟ ਦੱਸ ਦੇਵਾਂ, ਚੰਡੀਗੜ੍ਹ ਦੇ ਵਿੱਚ 2 ਪਹੀਆ ਘਟਨਾਵਾਂ ਦੀਆਂ 24 ਔਰਤਾਂ ਦੀ ਮੌਤ ਹੋ ਗਈ ਹੈ ਅਤੇ 85 ਮਹਿਲਾਵਾਂ ਨੇ ਹੈਲਮਟ ਪਹਿਨਣ ਤੋਂ ਇਨਕਾਰ ਕਰ ਦਿੱਤਾ ਸੀ ਜੋ ਕਿ ਜ਼ੇਰੇ ਇਲਾਜ ਹਨ। ਉਹਨਾਂ ਦੇ ਵਿੱਚ ਸਾਡੀ ਸਿੱਖ ਮਹਿਲਾਵਾਂ ਵੀ ਮੌਜੂਦ ਸਨ ਜੋ ਕਿ ਹੁਣ ਇਸ ਟਾਈਮ ਜ਼ੇਰੇ ਇਲਾਜ ਹਨ। ਅਤੇ ਮਨੁੱਖੀ ਜੀਵਨ ਜਾਂ ਧਰਮ ਦੀ ਕੀ ਮਹੱਤਵਪੂਰਨ ਹੈ, ਇਸ ਨੂੰ ਲੈ ਕੇ ਅੱਜ ਅਸੀਂ ਵਿਚਾਰ ਵਟਾਂਦਰਾ ਕਰ ਰਹੇ ਹਾਂ। ਮੈਂ ਵੇਖ ਪਾ ਰਿਹਾ ਕਿ ਤੁਸੀਂ ਮੈਨੂੰ ਕਾਲ ਕਰਨੀ ਸ਼ੁਰੂ ਕਰਤੀ ਹੈ। ਨਵੀਨ ਸ਼ਰਮਾ ਜੀ ਵੀ ਸਾਡੇ ਨਾਲ ਲਾਈਨ 'ਤੇ ਨੇ, ਲੇਕਿਨ ਮੈਂ ਤੁਹਾਡੀ ਵੀ ਕਾਲਸ ਲਵਾਂਗਾ। ਤੁਸੀਂ ਹੇਠ ਲਿਖੇ ਨੰਬਰ ਦੇ ਉੱਤੇ ਮੈਨੂੰ ਕਾਲ ਕਰ ਸਕਦੇ ਹੋ ਔਰ ਤੁਸੀਂ ਆਪਣੇ ਵਿਚਾਰ ਮੇਰੇ ਨਾਲ ਸਾਂਝਾ ਕਰ ਸਕਦੇ ਹੋ। ਫਿਲਹਾਲ ਮੈਂ ਚੱਲਦਾ ਮਿਸਟਰ ਸ਼ਰਮਾ ਦੇ ਕੋਲ। ਮਿਸਟਰ ਸ਼ਰਮਾ, ਆਈ ਵੁੱਡ ਲਾਈਕ ਟੂ ਨੋ, ਹੁਣ ਮੈਂ ਤੁਹਾਡੇ ਤੋਂ ਜਾਣਨਾ ਚਾਹੁੰਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਹੁਣ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਵੀ ਦਲੀਲਾਂ ਸੁਣਨ ਨੂੰ ਮਿਲਣਗੀਆਂ, ਅਤੇ ਤੁਹਾਨੂੰ ਕੀ ਲੱਗਦਾ ਕੀ ਕੁਝ ਦਲੀਲਾਂ ਉੱਥੇ ਸਾਨੂੰ ਸੁਣਨ ਨੂੰ ਮਿਲ ਸਕਦੀਆਂ ਹਨ? ਕੋਰਟ ਇਸ ਮੁਤਲਕ ਕੀ ਕੁਝ ਕਹਿ ਸਕਦਾ? No doubt that the people, the religious organization, the Sikh organizations will anyhow approach Punjab and Haryana High Court again to reconsider it. ਇਹਨੂੰ ਰੀਕਨਸੀਡਰ ਕਰਨ ਵਾਸਤੇ ਕਰਨਗੇ, ਕਿਉਂਕਿ ਜੋ ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ ਇਸ ਮਾਮਲੇ ਦੀ ਹੁਣ ਤੱਕ ਸੁਣਵਾਈ ਹੋਈ ਸੀ ਜਾਂ ਜੋ ਵੀ ਮੈਟਰ ਉਹਨਾਂ ਦੇ ਸੰਗਿਆਨ 'ਚ ਲਿਆਂਦਾ ਗਿਆ ਸੀਗਾ, ਅਤੇ ਮਾਨਯੋਗ ਹਾਈ ਕੋਰਟ ਨੇ ਉਸ ਤੋਂ ਬਾਅਦ ਹੀ ਚੰਡੀਗੜ੍ਹ ਐਡਮਿਨਿਸਟ੍ਰੇਸ਼ਨ ਨੂੰ ਇਹ ਦਿੱਤਾ ਸੀ ਵੀ ਤੁਸੀਂ ਐਪਸੇ ਮੈਂਡੇਟਰੀ ਕਿਉਂ ਨਹੀਂ ਕਰ ਰਹੇ ਡਿਸਪਾਈਟ ਗਰੋਇੰਗ ਟ੍ਰੈਫਿਕ, ਡਿਸਪਾਈਟ ਗਰੋਇੰਗ ਲੋਟ ਆਫ ਪਾਪੂਲੇਸ਼ਨ ਇਨ ਚੰਡੀਗੜ੍ਹ, ਦਿਸ ਮੈਟਰ ਵਾਜ਼ ਨੋਟ ਯੂ ਨੋ ਗੈਟਿੰਗ ਸੈਂਕਸ਼ਨ। ਇਸ ਵਾਸਤੇ ਤੁਸੀਂ ਹੁਣ ਤੱਕ ਇਹ ਸੀ ਕਿ ਚੰਡੀਗੜ੍ਹ ਦੇ ਵਿੱਚ ਇੰਨਾ ਟ੍ਰੈਫਿਕ ਆਉਣ ਦੇ ਬਾਵਜੂਦ ਵੀ ਮਹਿਲਾਵਾਂ ਨੂੰ ਹੈਲਮਟ ਪਾਉਣ ਤੋਂ ਐਗਜ਼ੈਂਪਟ ਕੀਤਾ ਗਿਆ ਸੀਗਾ। ਮਿਸਟਰ ਸ਼ਰਮਾ, ਆਈ ਕੈਨ ਸੀ ਅ ਸਟੇਟਮੈਂਟ ਆਫ ਸੁਮਿਤਰਾ ਚਾਵਲਾ, ਸ਼ੀ ਇਜ਼ ਰਨਿੰਗ ਆ NGO ਇਨ ਚੰਡੀਗੜ੍ਹ, ਚੰਡੀਗੜ੍ਹ ਦੇ ਵਿੱਚ NGO ਚਲਾ ਰਹੀ ਨੇ, ਰੋਡ ਐਂਡ ਸੇਫਟੀ ਨੂੰ ਲੈ ਕੇ ਇਹਨਾਂ ਦਾ NGO ਹੈਗਾ। ਉਹ ਕਹਿੰਦੇ ਕਿ ਸਭ ਤੋਂ ਪਹਿਲਾਂ ਕਿਸੇ ਦੀ ਜਾਨ ਜ਼ਰੂਰੀ ਹੈ ਔਰ ਇੱਕ ਬਹੁਤ ਵੱਡਾ ਬਿਆਨ ਉਹਨਾਂ ਨੇ ਦਿੱਤਾ ਕਿ ਧਰਮ ਜ਼ਰੂਰੀ ਨਹੀਂ ਹੈ, ਪਹਿਲਾਂ ਜਾਨ ਜ਼ਰੂਰੀ ਹੈ, ਜਾਨ ਹੈ ਅਤੇ ਧਰਮ ਹੈ। ਦੇਖੋ ਅੱਜ ਬਹਿਸ ਦਾ ਵਿਸ਼ਾ ਇਹ ਹੀ ਹੈ, ਮੈਂ ਕਹਿੰਦਾ ਰਿਸਪੈਕਟਿੰਗ ਦੀ ਰਿਲੀਜੀਅਸ ਸੈਂਟੀਮੈਂਟਸ, ਵੀ ਸ਼ੁੱਡ ਰਿਸਪੈਕਟ ਆਲ ਦੀ ਰਿਲੀਜੀਅਨ ਐਂਡ ਦ ਸੈਂਟੀਮੈਂਟਸ। ਹੁਣ ਜੋ ਸਿੱਖ ਧਰਮ ਦੇ ਵਿੱਚ ਅਗਰ ਹੈਲਮਟ ਪਾਉਣ ਦੀ ਇਜਾਜ਼ਤ ਨਹੀਂ ਹੈ ਸਿੱਖ ਮਹਿਲਾਵਾਂ ਨੇ ਔਰ ਸਿੱਖ ਆਪਣੇ ਜਿਹੜੇ ਸਿੱਖ ਭੈਣ ਭਰਾ ਨੇ ਉਹਨਾਂ ਨੇ ਹੈਲਮਟ ਨਹੀਂ ਪਾਉਣਾ, ਸੋ ਦਿਸ ਇਜ਼ ਰਾਈਟ ਬਿਕੋਜ਼ ਦੇਅਰ ਰਿਲੀਜੀਅਨ ਡਸ ਨਾਟ ਅਲਾਉ ਦੈਮ ਫੋਰ ਡੂਇੰਗ ਦਿਸ। ਹੁਣ ਉਹ ਬਹਿਸ ਦਾ ਵਿਸ਼ਾ ਇਹ ਹੈ ਕਿ ਮਨੁੱਖੀ ਜੀਵਨ, ਇਹ ਹਿਊਮਨ ਲਾਈਫ ਇਜ਼ ਮੋਰ ਇੰਪੋਰਟੈਂਟ ਔਰ ਦ ਰਿਲੀਜੀਅਸ ਸੈਂਟੀਮੈਂਟ, ਸਮਬਡੀ ਵਿਲ ਹੈਵ ਟੂ ਮੇਕ ਦ ਬੈਲੈਂਸ ਇਨ ਬਿਟਵੀਨ। ਉਹ ਜਿਹੜੀ ਉਹਨਾਂ ਦੀ ਮੰਗ ਹੈ, ਜਿਹੜੀ ਮੰਗ ਕਰ ਰਹੇ ਨੇ ਰਿਲੀਜੀਅਸ ਆਰਗੇਨਾਈਜੇਸ਼ਨ, ਜਗੀਰ ਕੌਰ, ਇਸਤਰੀ ਅਕਾਲੀ ਦਲ, ਉਹਨਾਂ ਦੀ ਮੰਗ ਵੀ ਜਾਇਜ਼ ਹੈ ਕਿਉਂਕਿ ਇਹ ਮੈਟਰ ਅੱਜ ਦਾ ਨਹੀਂ ਹੈ। ਮੈਂ ਖੁਦ ਮੈਂ ਦੱਸ ਰਿਹਾ 10-15 ਸਾਲ ਤੋਂ ਇਸ ਚੀਜ਼ ਨੂੰ ਫੋਲੋ ਕਰ ਰਿਹਾ, ਇਹ ਕੰਟੀਨਿਊ ਕਈ ਵਾਰੀ ਡਿਮਾਂਡ ਹੁੰਦੀਆਂ ਨੇ। 2003 ਦੀ ਮੈਂ ਇੰਸੀਡੈਂਟ ਦੱਸ ਰਿਹਾ, ਚੰਡੀਗੜ੍ਹ ਦੇ ਵਿੱਚ ਇੱਕ ਐਕਸੀਡੈਂਟ ਹੋਇਆ ਸੀ। ਤੁਹਾਨੂੰ ਲੱਗਦਾ ਕਿ ਜੇਕਰ 15 ਸਾਲ ਦੇ ਵਿੱਚ ਇਹ ਮਾਮਲਾ ਲਟਕਿਆ ਹੋਇਆ ਕੋਰਟਾਂ ਦੇ ਵਿੱਚ ਔਰ ਇਸ ਬਾਰੇ ਕਈ ਵਾਰ ਦਲੀਲਾਂ ਸੁਣਨ ਨੂੰ ਮਿਲੀਆਂ ਹਨ, ਕਿ ਤੁਹਾਨੂੰ ਲੱਗਦਾ ਆਉਣ ਵਾਲੇ ਸਮੇਂ ਦੇ ਵਿੱਚ ਔਰ ਪ੍ਰੈਜ਼ੈਂਟ ਦੇ ਵਿੱਚ ਇਹ ਮਾਮਲਾ ਸੁਲਝ ਸਕਦਾ? ਨਹੀਂ, ਹਰ ਵਾਰੀ ਅਗਰ ਲਟਕਿਆ ਵੀ ਮਾਮਲਾ ਤੇ ਹਰ ਵਾਰੀ ਇਸੇ ਰੀਜ਼ਨ ਕਰਕੇ, ਰਿਲੀਜੀਅਸ ਸੈਂਟੀਮੈਂਟਸ ਕਰਕੇ ਹੀ ਰੁਕਿਆ ਹੋਇਆ ਸੀਗਾ। ਬਟ ਨਾਓ ਸਿੰਸ ਦੀ ਹਰਿਆਣਾ ਹਾਈ ਕੋਰਟ ਹੈਜ਼ ਗਿਵਨ, ਪੰਜਾਬ ਹਰਿਆਣਾ ਹਾਈ ਕੋਰਟ ਨੇ ਡਾਇਰੈਕਟਿਵ ਦਿੱਤਾ, ਜਿਹੜੀ ਯੂਨੀਅਨ ਟੈਰੀਟਰੀ ਐਡਮਿਨਿਸਟ੍ਰੇਸ਼ਨ ਹੈ ਹੁਣ ਉਹਨੇ ਮੈਂਡੇਟਰੀ ਕਰ ਦਿੱਤਾ, ਜਿਹੜੇ ਐਡਮਿਨਿਸਟ੍ਰੇਟਰ ਨੇ VP ਸਿੰਘ ਬਦਨੌਰ, ਪੰਜਾਬ ਦੇ ਰਾਜਪਾਲ ਨੇ ਜਿਹੜੇ, ਹੁਣ ਉਹਨਾਂ ਨੇ ਅਸਾਈਨ ਕਰਤਾ, ਦਿਸ ਹੈਜ਼ ਬਿਕਮ ਐਨ ਆਰਡਰ ਨਾਓ from the union territory administration now Mr. Sharma, Mr. Sharma but only question is jehri turbaned women nahi hongiyan, jehri sikh women sadiyan pehna jehriyan sariyan turban ne case ki nahi pandiyan, they might object aur ohna di police chalan karegi then they might say I am a sikh woman and I am not going to wear helmet because my culture, my religion does not allow me. ਜੀ, and this is going to be a confrontation ਹੋਏਗੀ ਚੰਡੀਗੜ੍ਹ ਦੇ ਰੋਡ ਦੇ ਉੱਤੇ, ਚੰਡੀਗੜ੍ਹ ਦੀ ਸੜਕਾਂ ਤੇ, ਚੰਡੀਗੜ੍ਹ ਪੁਲਿਸ, ਟ੍ਰੈਫਿਕ ਪੁਲਿਸ ਦੇ ਨਾਲ, ਔਰ ਉਹ ਵੀ ਦੋ ਚੰਡੀਗੜ੍ਹ ਪੁਲਿਸ ਕਹੇਗੀ ਜੀ ਦੇਖੋ ਜੀ ਇੱਥੇ ਆਰਡਰ ਹੈ ਤੁਹਾਨੂੰ ਹੈਲਮਟ ਪਾਉਣਾ, ਐਂਡ ਸਿੱਖ ਸਾਡੀਆਂ ਭੈਣਾਂ ਕਹਿਣਗੀਆਂ ਵੀ ਸਾਡਾ ਧਰਮ ਅਲਾਓ ਨਹੀਂ ਕਰਦਾ, ਅਸੀਂ ਨਹੀਂ ਪਾਉਂਦੇ। ਤੇ ਦਿਸ ਇਜ਼ ਗੋਇੰਗ ਟੂ ਬੀ ਅ ਕਨਫਰੰਟ ਮੈਟਰ ਆਫ ਕਨਫਰੰਟੇਸ਼ਨ, ਔਰ ਬਹਿਸ ਦਾ ਵਿਸ਼ਾ ਹੈ ਕਿ ਆਰ ਵੀ ਕੰਸੀਡਰਿੰਗ ਦੀ ਹਿਊਮਨ ਲਾਈਫ ਮੋਰ ਇੰਪੋਰਟੈਂਟ ਔਰ ਦੀ ਰਿਲੀਜੀਅਸ ਸੈਂਟੀਮੈਂਟ। ਸੋ ਯੂ ਆਰ ਟਾਕਿੰਗ ਅਬਾਊਟ ਹਿਊਮਨ, ਯੂ ਆਰ ਟਾਕਿੰਗ ਅਬਾਊਟ ਹਿਊਮਨ ਲਾਈਫ ਐਂਡ ਦੀ ਰਿਲੀਜੀਅਸ ਥਿੰਗ। ਲੈਟ ਮੀ ਜਸਟ ਟੈਲ ਯੂ ਸਰ, 12 ਲੋਕਾਂ ਦੀ ਜਿਹੜੀ 23 ਲੋਕਾਂ ਦੀ ਮੌਤ ਹੋਈ ਹੈ ਉਹਦੇ ਵਿੱਚ, ਜਿਹੜੀ ਜੇਕਰ ਮੈਂ ਸਭ ਤੋਂ ਜ਼ਿਆਦਾ ਗੱਲ ਕਰਾਂ, 12 ਮਹਿਲਾਵਾਂ ਸਾਡੀ ਸਿੱਖ
ਮਹਿਲਾਵਾਂ ਸੀਗੀਆਂ ਜਿਨ੍ਹਾਂ ਦੀ ਮੌਤ ਹੋਈ ਹੈ 23 ਦੇ ਵਿੱਚੋਂ। ਤੇ ਤੁਸੀਂ ਆਪਣੇ ਆਪ ਦੇਖੋ ਕਿ ਹਿਊਮਨ ਲਾਈਫ ਜਾਂ ਫਿਰ ਰਿਲੀਜੀਅਸ, ਵਾਕਈ ਇਹ ਵਿਸ਼ਾ ਬਣਿਆ ਹੋਇਆ। ਮੈਨੂੰ ਲੱਗਦਾ ਕਿ ਹੁਣ ਅਸੀਂ ਆਪਣੇ ਦਰਸ਼ਕ ਨੂੰ ਦੇ ਦਿੰਦੇ ਹਾਂ ਆਪਣੇ ਛੇੜੇ ਜਾੜੇ। ਨਹੀਂ, ਇੱਕ ਚੀਜ਼ ਹੋਰ, ਤੁਸੀਂ ਇਹਨੂੰ ਇਮੋਸ਼ਨਲ ਸੈਂਟੀਮੈਂਟ ਨਾਲ ਦੇਖੋ, ਜਿਨ੍ਹਾਂ ਦੇ ਬੱਚੇ ਮਰ ਗਏ, ਜਿਨ੍ਹਾਂ ਦੀ ਮਹਿਲਾਵਾਂ ਘਰ ਦੀਆਂ ਗਈਆਂ, ਅੱਜ ਉਹਨਾਂ ਦੀ ਫੈਮਲੀਆਂ ਕਹਿਣਗੇ ਵੀ ਤੁਸੀਂ ਹੁਣ ਆਰਡਰ ਕੱਢੇ, 4 ਸਾਲ ਪਹਿਲਾਂ ਕਿਉਂ ਨਹੀਂ ਕੱਢੇ, ਸਾਡਾ ਬੱਚਾ ਤੇ ਬਚ ਜਾਂਦਾ। ਜੀ, ਇਸ ਚੀਜ਼ ਸਮਝਦੇ ਹੋ? ਦਿਸ ਇਜ਼ ਗੋਇੰਗ ਟੂ ਸਫਰ, ਪੀਪਲ ਵਿਲ ਰਿਐਕਟ ਟੂ ਦਿਸ ਐਨੀ ਹਾਓ। ਜਿਨ੍ਹਾਂ ਦੇ ਬੱਚੇ ਚਲੇ ਗਏ ਉਹ ਰਿਐਕਟ ਕਰਨਗੇ, ਅੱਗੋਂ ਜਿਹੜੀ ਸਿੱਖ ਆਪਣੇ ਭੈਣ ਭਰਾ ਨੇ ਉਹ ਰਿਐਕਟ ਕਰਨਗੇ। ਸਾਡੇ ਨਾਲ ਬਣੇ ਰਹੋ, ਮੇਰੇ ਨਾਲ ਕਾਲਰ ਜੁੜ ਰਹੇ ਨੇ, ਮੈਂ ਉਹਨਾਂ ਦੀ ਜਰਾ ਕਾਲਸ ਲੈ ਲਵਾਂ, ਤੁਸੀਂ ਬਣੇ ਰਹੋ ਸਾਡੇ ਨਾਲ। ਹੈਲੋ, ਸਤਿ ਸ਼੍ਰੀ ਅਕਾਲ ਜੀ, ਤੁਸੀਂ ਔਨ ਏਅਰ ਹੋ, ਕਿੱਥੋਂ ਬੋਲ ਰਹੇ ਹੋ? ਸਤਿ ਸ਼੍ਰੀ ਅਕਾਲ ਜੀ, ਮੈਂ ਸਿੱਧੂ ਸਲੋਹ ਤੋਂ ਬੋਲਦੇ ਹਾਂ ਜੀ। ਕੀ ਕਹਿਣਾ ਚਾਹੋਗੇ? ਅਸੀਂ ਇਹੀ ਕਹਿਣਾ ਚਾਹੁੰਦੇ ਹਾਂ, ਆਪਾਂ ਟੌਪ ਤੋਂ ਸਟਾਰਟ ਕਰਦੇ ਹਾਂ, ਕਰਨਾ ਬੌਟਮ ਤੋਂ ਚਾਹੀਦਾ। ਜੀ 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 ਤੇ ਉਹ ਆਪਾਂ ਨੂੰ ਪਹਿਲਾਂ ਤਾਂ ਜਦੋਂ ਲਾਇਸੈਂਸ ਲੈਣਾ ਮੈਂ ਉੱਥੇ ਪੁੱਛਿਆ, ਜੀ ਉਹ ਕਹਿੰਦੇ ਇੱਕ 500 ਚ ਆ, ਇੱਕ 800 ਚ ਆ। ਜੀ, ਮੈਂ ਕਿਹਾ ਉਹਦਾ ਕੀ ਮਤਲਬ? ਜੀ ਕਹਿੰਦੇ 500 ਦਾ ਲੈਣ ਜਾਣਾ ਪੈਂਦਾ, 800 ਦਾ ਘਰੇ ਦੇ ਜਾਂਦੇ ਆ। ਅੱਛਾ ਤੇ ਉੱਥੇ ਦੇਖੋ ਜਿਹੜੀ ਪੁਲਿਸ ਖੜੀ ਆ, ਉਹ ਜਦੋਂ ਆਪਾਂ ਪੰਜਾਬ ਵਾਲੇ ਚੰਡੀਗੜ੍ਹ ਚ ਐਂਟਰ ਹੁੰਦੇ ਆ, ਉਹ ਰੋਕ ਲੈਂਦੇ ਆ। ਜੀ 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 ਉਧਰੋਂ ਉਹ ਪੈਸੇ ਲੈ ਕੇ ਉਹ ਛੱਡ ਦਿੰਦੇ ਆ 50 ਰੁਪਈਏ। ਜੀ 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 ਫਿਰ ਕਿਸੇ ਦੀਆਂ ਅੱਖਾਂ ਨੀ ਚੈੱਕ ਕੀਤੀਆਂ। ਜੀ 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 ਕਿਸੇ ਦਾ ਲਾਇਸੈਂਸ ਨੀ ਚੈੱਕ। 10 ਸਾਲ ਦਾ ਬੱਚਾ ਉਹਦੀ ਮਾਤਾ ਨੂੰ ਤੇ ਦੋ ਭੈਣ ਭਰਾਵਾਂ ਨੂੰ ਬੁਆ ਕੇ ਲੈ ਜਾਂਦਾ। ਜੀ ਜੀ ਤੇ ਜਦੋਂ ਉਹਦੀ ਮਦਰ ਨੂੰ ਪੁੱਛਿਆ ਵੀ ਤੇਰਾ ਬੱਚਾ ਛੋਟਾ, ਨਹੀਂ ਇਹਨੂੰ ਚਲਾਉਣਾ ਆਉਂਦਾ। ਜੀ 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 ਇਹ ਸਕੂਲਾਂ ਤੋਂ ਸ਼ੁਰੂ ਹੋਣਾ ਚਾਹੀਦਾ ਬੱਚਿਆਂ ਤੋਂ ਕੰਮ, ਬਿਲਕੁਲ ਆਹ ਕੰਮ ਤੁਸੀਂ ਕਰਨਾ, ਆਹ ਨਹੀਂ ਕਰਨਾ, ਲੈਫਟ ਚਲਾਉਣੀ ਕਿ ਰਾਈਟ ਚਲਾਉਣੀ। ਹੁਣ ਆਪਣੇ ਬੱਚੇ ਬਹਿੰਦੇ ਨੀ ਗੱਡੀ, ਮੈਨੂੰ ਲਾਇਸੈਂਸ ਨੀ ਮਿਲਣਾ। ਇੰਡੀਆ ਤਾਂ ਆਪਾਂ ਇੰਡੀਆ ਦੀਆਂ ਗੱਲਾਂ ਰੋਜ਼ ਕਰਦੇ ਹਾਂ, ਆਪਾਂ ਜਾਣਾ ਨੀ, ਕਰਨਾ ਨੀ, ਨਾ ਉੱਥੇ ਠੀਕ ਹੀ ਹੋਣਾ। ਜੀ, ਲੇਕਿਨ ਤੁਸੀਂ ਇਸ ਮੁਤਲਕ ਕੀ ਕਹਿਣਾ ਚਾਹੋਗੇ ਕਿ ਜਿਹੜਾ ਹੁਣ ਇੱਕ ਪ੍ਰਪੋਜ਼ਲ ਰੱਖਿਆ ਗਿਆ ਚੰਡੀਗੜ੍ਹ ਟ੍ਰੈਫਿਕ ਪੁਲਿਸ ਵੱਲੋਂ ਕਿ ਜਿਹੜੇ ਹੁਣ ਮਹਿਲਾਵਾਂ ਨੂੰ ਵੀ ਲਾਜ਼ਮੀ ਕਰ ਦਿੱਤਾ ਗਿਆ ਕਿ ਉਹ ਹੁਣ ਹੈਲਮਟ ਪਹਿਨਣਗੀਆਂ, ਲੇਕਿਨ ਜਿਹੜੀ ਸਾਡੀ ਸਿੱਖ ਮਹਿਲਾਵਾਂ ਨੇ ਉਹ ਆਪਣਾ ਰੋਸ ਜਤਾਉਂਦੀ ਹੋਈ ਨਜ਼ਰ ਆ ਰਹੀ ਹੈ। ਨਹੀਂ, ਆਪਾਂ ਨੂੰ ਦੋ ਪਾਸੇ ਖਰਾਬ ਨਹੀਂ ਹੋਣਾ ਚਾਹੀਦਾ, ਜਾਂ ਤਾਂ ਉਹ ਪੱਗ ਬੰਨ ਲੈਣ। ਜੀ 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 ਜਾਂ ਤਾਂ ਪੱਗ ਬੰਨ ਲੈਣ, ਬਿਲਕੁਲ ਠੀਕ ਗੱਲ। ਜੀ 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 ਜਾਂ ਤਾਂ ਪੱਗ ਬੰਨ ਲੈਣ। ਕਾਨੂੰਨ ਤਾਂ ਕਾਨੂੰਨ ਹੀ ਆ, ਇੱਥੇ ਇੰਗਲੈਂਡ ਦੇ ਵਿੱਚ 1967 ਦੇ ਵਿੱਚ ਸ਼ਰਾਬ ਪੀ ਕੇ ਗੱਡੀ ਚਲਾਉਂਦੇ ਸੀ, ਲੰਚ ਖਾ ਕੇ ਮੁੜ ਕੇ ਐਕਸੀਡੈਂਟ ਕਰਨ ਲੱਗ ਗਏ। ਜੀ ਤੇ ਉਹ ਉਹਨਾਂ ਨੇ ਨਵਾਂ ਕਾਨੂੰਨ ਬਣਾਤਾ, ਭਾਈ ਤੁਸੀਂ ਡਰਿੰਕ ਡਰਾਈਵ 'ਚ ਫੜੇ ਜਾਓਗੇ। ਜੀ 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 ਬਿਲਕੁਲ ਬਿਲਕੁਲ, ਮੇਰੇ ਨਾਲ ਹੋਰ ਵੀ ਕਾਲਰ ਜੁੜ ਰਹੇ ਨੇ, ਉਹਨਾਂ ਦੇ ਵੀ ਅਸੀਂ ਕਾਲ ਲੈ ਲੈਂਦੇ ਹਾਂ। ਹੈਲੋ, ਸਤਿ ਸ਼੍ਰੀ ਅਕਾਲ ਜੀ, ਤੁਸੀਂ ਔਨ ਏਅਰ ਹੋ, ਕਿੱਥੋਂ ਬੋਲ ਰਹੇ ਹੋ? ਹੈਲੋ ਜੀ, ਸਤਿ ਸ਼੍ਰੀ ਅਕਾਲ ਜੀ, ਤੁਸੀਂ ਔਨ ਏਅਰ ਹੋ, ਕਿੱਥੋਂ ਬੋਲ ਰਹੇ ਹੋ, ਕੀ ਕਹਿਣਾ ਚਾਹੋਗੇ? ਮੈਂ ਜਸਪਾਲ ਸਿੰਘ ਬੋਲਦਾ ਲੰਡਨ ਤੋਂ। ਜੀ ਜਸਪਾਲ ਜੀ, ਕੀ ਕਹਿਣਾ ਚਾਹੋਗੇ? ਅੱਛਾ, ਮੈਂ ਇਹ ਕਹਿੰਦਾ ਕਿ ਸਿੱਖ ਭਾਵਨਾ ਨੂੰ ਮੱਦੇਨਜ਼ਰ ਰੱਖਦਿਆਂ, ਸਿੱਖ ਸੈਂਟੀਮੈਂਟਸ ਦੇ ਮੁਤਾਬਕ, ਅਗਰ ਕੋਈ ਨਹੀਂ ਸਿੱਖ ਲੇਡੀਜ਼ ਪਾਉਣੀ ਚਾਹੁੰਦੀ ਹੈਲਮੈਟ, ਤੇ ਉਹ ਨਾ ਪਾਵੇ। ਔਰ ਸੇਫਟੀ ਪੁਆਇੰਟ ਆਫ ਵਿਊ ਦੇ ਨਾਲ ਅਗਰ ਉਹ ਚਾਹੁੰ ਤਾਂ ਪਾ ਸਕਦੇ ਆ, ਕਿਉਂਕਿ ਜਿਹੜੇ ਚੰਡੀਗੜ੍ਹ ਲੋਕ, ਚੰਡੀਗੜ੍ਹ ਦਾ ਮੁੱਦਾ ਥਾਇਆ, ਉੱਥੇ ਬੜੇ ਅਕਲਮੰਦ ਲੋਕ ਰਹਿੰਦੇ ਆ, ਜਿਹਨਾਂ ਦੀ ਇਤਨੇ ਬਈ ਡੈਥ ਹੋ ਗਈ ਹੈ, ਉਹਨਾਂ ਦੇ ਬੱਚਿਆਂ ਦੀ, ਯਾਰਾਂ ਦੀ, ਉਹ ਉਸ ਵੇਲੇ ਵੀ ਸੋਚ ਸਕਦੇ ਸੀਗੇ। ਕੋਈ ਜ਼ਰੂਰੀ ਨਹੀਂ ਹੈਗਾ ਕਿ ਲਾਅ ਬਣਾਇਆ ਜਾਵੇ ਤੇ ਤਦ ਹੀ ਤੁਸੀਂ ਹੈਲਮਟ ਪਾਉਣੀ। ਜੀ ਜੀ, ਜਿਹੜੀ ਗੱਲ ਹੈ ਸਾਡੇ ਦਰਸ਼ਕਾਂ ਨੇ ਜ਼ਰੂਰ ਸੁਣੀ ਹੋਏਗੀ। ਮੇਰੇ ਨਾਲ ਹੋਰ ਵੀ ਕਾਲਰ ਜੁੜ ਰਹੇ ਨੇ। ਹੈਲੋ, ਸਤਿ ਸ਼੍ਰੀ ਅਕਾਲ ਜੀ, ਤੁਸੀਂ ਔਨ ਏਅਰ ਹੋ, ਕਿੱਥੋਂ ਬੋਲ ਰਹੇ ਹੋ? ਹੈਲੋ, ਸਤਿ ਸ਼੍ਰੀ ਅਕਾਲ, ਹਰਪ੍ਰੀਤ ਸਿੰਘ ਜੀ। ਜੀ ਹਰਭਜਨ ਸਿੰਘ ਜੀ, ਸਤਿ ਸ਼੍ਰੀ ਅਕਾਲ, ਕੀ ਹਾਲ ਹੈ, ਠੀਕ ਹੋ? ਜੀ ਜੀ, ਅੱਜ ਦੇ ਮਤਲਬ ਜੋ ਇਸ਼ੂ ਆ ਨਾ ਤੁਸੀਂ ਕੱਢਿਆ, ਜੀ 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 ਜੀ, ਦੇਖੋ ਜੇ ਤਾਂ ਪਗੜੀ ਪਹਿਨੀ ਆ, ਤੁਸੀਂ ਪੱਗ ਪਹਿਨੀ ਹੋਈ ਆ, ਠੀਕ ਨੇ ਜੀ ਜੀ, ਅਗਰ ਤੁਹਾਡੇ ਉੱਪਰ ਹੈਲਮਟ ਰੱਖਣੀ ਹੋਵੇ ਤਾਂ, ਜੇ ਧਾਰਮਿਕ ਨਹੀਂ ਵੀ ਨਾ, ਜੀ ਜੀ, ਤਾਂ ਤਦ ਵੀ ਇਹ ਮਤਲਬ ਅਨਕੰਫਰਟੇਬਲ ਹੈ। ਜੀ 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 ਜੀ, ਕੋਈ ਈਸਾਈ ਦੀ ਪਹਿਲੀ ਦੀ ਗੱਲ, ਕੋਈ ਹੈਲਮਟ ਹੀ ਨਹੀਂ ਬਣਦੀ। ਹਾਂਜੀ ਜੀ ਜੀ, ਹੁਣ ਜੇ ਔਰਤ ਵੀ ਉਹਨੇ ਪੱਗ ਬੰਨੀ ਹੋਈ ਆ, ਤੇ ਇਸ ਰੀਜ਼ਨੇਬਲ ਆ ਕਿ ਬਈ ਠੀਕ ਹੈ, ਥੋੜੀ ਘਣੀ ਇੰਨਾ ਪ੍ਰੋਟੈਕਟ ਤਾਂ ਨਹੀਂ ਹੈ ਕਿ, ਚਲੋ ਰੀਜ਼ਨੇਬਲੀ ਸ਼ੀ ਇਜ਼ ਪ੍ਰੋਟੈਕਟਡ। ਜੀ ਜੀ, ਯੂ ਅੰਡਰਸਟੈਂਡ ਮੀ? ਜੀ ਜੀ, ਤੁਸੀਂ ਵੀ ਪ੍ਰੋਟੈਕਟਡ ਹੈ। ਜੀ ਜੀ, ਲੇਕਿਨ ਸੇਫਟੀ ਜਿਹੜੀ ਆ, ਪੈਰਾਮਾਊਂਟ ਰਿਸਪੋਂਸੀਬਿਲਟੀ ਆ ਹਰ ਇੱਕ ਦੀ। ਜੀ, ਜਿਹਨੂੰ ਚਾਹੇ ਕੋਈ ਧਾਰਮਿਕ ਲੀਡਰ ਹੋਵੇ, ਚਾਹੇ ਕੋਈ ਪੋਲੀਟੀਕਲ ਲੀਡਰ ਹੋਵੇ। ਹਾਂਜੀ ਜੀ ਜੀ, ਯੂ ਨੋ ਇਸ
ਤਰ੍ਹਾਂ ਦੇਖੋ ਇੱਥੇ ਮੈਂ ਦੇਖਦਾ ਕਿ ਬਹੁਤ ਸਾਰੇ ਸਿੱਖ ਜਿਹੜੇ ਮਤਲਬ ਲੋਕੀ ਇੱਥੇ ਸਾਡੇ ਮੁਲਕ ਮੋਟਰਸਾਈਕਲ ਚਲਾਉਂਦੇ ਘੱਟ ਆ, ਜਿਹੜੇ ਮੁੰਡੇ ਚਲਾਉਂਦੇ ਆ ਪੱਗ ਨਹੀਂ ਬੰਨਦੇ, ਕਾਨੂੰਨੀ ਤੌਰ ਤੇ ਠੀਕ ਆ, ਜਿਹੜੇ ਪੱਗ ਬੰਨਦੇ ਉਹ ਨਹੀਂ ਰੱਖਦੇ, ਤਾਂ ਜਿਹਨੂੰ ਕਾਨੂੰਨ ਉਹਨਾਂ ਨੂੰ ਕੁਛ ਨੀ ਕਹਿੰਦਾ ਕਿ ਉਹਨਾਂ ਨੇ ਕਾਨੂੰਨ ਨੂੰ ਉਹਨਾਂ ਨੂੰ ਇਜਾਜ਼ਤ ਦਿੱਤੀ ਆ ਧਾਰਮਿਕ ਸੈਂਟੀਮੈਂਟਸ ਤੇ, ਹੈ ਜਿਹੜੀ ਪਬਲਿਕ ਪਬਲਿਕ ਜਿਹੜੀ ਅੰਗਰੇਜ਼ ਪਬਲਿਕ ਆ ਜਾਂ ਹੋਰ ਲੋਕ ਆ ਉਹਨਾਂ ਨੂੰ ਬੜੀ ਇਹ ਚੀਜ਼ ਨਾਲ ਗੁੱਸਾ ਆਉਂਦਾ ਵੀ ਇਹ ਕਾਨੂੰਨ ਕਿਉਂ ਇੱਕ ਭਾਈਚਾਰੇ ਵਾਸਤੇ ਇਹ ਕਾਨੂੰਨ ਦੀ ਛੋਟ ਸੇਫਟੀ ਕਿਉਂ ਮਤਲਬ ਰਿਲੈਕਸ ਕੀਤੀ ਗਈ ਆ, ਹਨਾ, ਪਰ ਉਹ ਕੁਛ ਕਰ ਨਹੀਂ ਸਕਦੇ. ਪਰ ਮੈਨੂੰ ਪਤਾ ਕਿ ਉਹਨਾਂ ਲੋਕਾਂ ਚ ਕਿਸ ਤਰ੍ਹਾਂ ਦਾ ਐਂਗਰ ਆਉਂਦਾ, ਉਹ ਆਪਣੇ ਮੁਲਕ ਦੀ ਪਾਰਲੀਮੈਂਟ ਨੂੰ ਆਪਣੇ ਲੋਕ ਦੇ ਲੀਡਰਾਂ ਨੂੰ ਉਹ ਬੁਰਾ ਬੁਰਾ ਭਰਾ ਬੋਲਦੇ ਆ ਕਿ ਕਾਨੂੰਨ ਨੂੰ ਕਿਉਂ ਇਸ ਤਰ੍ਹਾਂ ਵਰਤਿਆ ਗਿਆ. ਪਰ ਦੇਖੋ ਤੁਹਾਡੀ ਸੇਫਟੀ ਵਾਸਤੇ ਜਿੱਦਾਂ ਤੁਸੀਂ ਕਿਹਾ ਵੀ ਕੁਛ ਔਰਤਾਂ ਦੇ ਸੱਟ ਵੱਜੀ ਸਰ, ਦੇਖੋ ਸੇਫਟੀ ਆ, ਮੈਂ ਫਰਜ਼ ਕੀਤਾ ਮੈਂ ਬਿਲਡਿੰਗ ਸਾਈਡ ਤੇ ਕੰਮ ਕਰਦਾ, ਮੇਰੇ ਸਿਰ ਤੇ ਹੈਲਮਟ ਨਹੀਂ, ਉਹ ਤੋਂ ਚੀਜ਼ ਤੋਂ ਡਿੱਗ ਗਈ ਹੈ ਤਾਂ ਮੇਰਾ ਸਿਰ ਪੜ ਜਾਏਗਾ, ਮੇਰੇ ਬੱਚਿਆਂ ਦੀ ਜ਼ਿੰਦਗੀ ਬਰਬਾਦ ਹੋ ਜਾਊਗੀ. ਹਾਂਜੀ, ਅਗਰ ਤੁਸੀਂ ਮੋਟਰਸਾਈਕਲ ਜਾਂਦੇ ਆ, ਤੁਹਾਡੀ ਕੋਈ ਡਿੱਗ ਪੈਂਦੇ ਆ, ਸਿਰ ਸੱਟ ਵੱਜ ਗਈ, ਤੁਹਾਡਾ ਪਰਿਵਾਰ ਖਤਮ ਹੋ ਗਿਆ, ਤੁਸੀਂ ਖਤਮ ਹੋ ਗਿਆ, ਜਿਹਨੂੰ ਤੁਸੀਂ ਸਾਰੇ ਤੁਸੀਂ ਮੁਲਕ ਤੇ ਖਰਚਾ ਵਾਧੂ ਪਾ ਦਿੱਤਾ. ਇਟਸ ਨੋਟ ਫੇਅਰ. ਮੈਂ ਇਹ ਗੱਲ ਕਹਿੰਦਾ ਕਿ ਜਿਹੜੇ ਨਾ ਧਾਰਮਿਕ ਲੀਡਰ ਆ, ਧਾਰਮਿਕ ਲੀਡਰ ਆ, ਇਹ ਉਹਨਾਂ ਦਾ ਫਰਜ਼ ਬਣਦਾ ਹਲੇ ਕਿ ਉਹ ਮਤਲਬ ਜਿਹਨਾਂ ਲੋਕਾਂ ਨੂੰ ਸਮਝਾਉਣ ਦੇ. ਧਾਰਮਿਕ ਲੀਡਰ ਤਾਂ ਕਹਿੰਦੇ ਆ ਕਿ ਅਸੀਂ ਤੇ ਹੁਣ ਇਸ ਮੁਤਲਕ ਮੀਟਿੰਗ ਬੁਲਾਵਾਂਗੇ ਜੇਕਰ ਸਰਕਾਰ ਨਹੀਂ ਮੰਨੀ, ਜੇਕਰ ਐਡਮਿਨਿਸਟ੍ਰੇਸ਼ਨ ਡਿਪਾਰਟਮੈਂਟ ਨਹੀਂ ਮੰਨਿਆ ਤਾਂ ਅਸੀਂ ਰੋਸ ਮੁਜ਼ਾਹਰੇ ਕਰਾਂਗੇ. ਦੇਖੋ ਇਹ ਮਤਲਬ ਦੇਖੋ ਇਹ ਉਹਨਾਂ ਦੀ ਬਿਲਕੁਲ ਗਲਤੀ ਆ, ਇਹ ਮਤਲਬ ਨਾ ਲੌਜਿਕ ਚੀਜ਼ ਹੈ. ਉਹਨਾਂ ਲੋਕਾਂ ਨੂੰ ਧਾਰਮਿਕ ਲੀਡਰਾਂ ਦਾ ਇਹ ਫਰਜ਼ ਬਣਦਾ ਕਿ ਵੀ ਜਿੱਥੇ ਸੇਫਟੀ ਦਾ ਸੰਬੰਧ ਆਉਂਦਾ, ਜੇ ਤੁਸੀਂ ਪੱਗ ਨਹੀਂ ਬੰਨਦੇ ਤਾਂ ਫਿਰ ਤੁਹਾਨੂੰ ਹੈਲਮਟ ਪਾਉਣੀ ਚਾਹੀਦੀ ਆ. ਹੈਲਮਟ ਕੋਈ ਕਿਸੇ ਲਿਖਿਆ ਨੀ ਕਿਸੇ ਥਾਂ ਵੀ ਹੈਲਮਟ ਕਿਸ ਤਰ੍ਹਾਂ ਬਣੀ, ਤੁਸੀਂ ਹੈਲਮਟ ਨਹੀਂ ਬਣਨੀ. ਮਤਲਬ ਇਹ ਸੀ ਵੀ ਸਿੱਖ ਨੇ ਜੇ ਪੱਗ ਬੰਨੀ ਹੋਈ ਆ ਤਾਂ ਉਹਨੂੰ ਉੱਪਰ ਹੋਰ ਕੋਈ ਚੀਜ਼ ਰੱਖਣ ਦੀ ਲੋੜ ਨਹੀਂ ਹੈਗੀ. ਪਰ ਜੇ ਸਿਰ ਦੇ ਉੱਪਰ ਕੋਈ ਹੈ ਹੀ ਨਹੀਂ ਤਾਂ ਫਿਰ ਹੈਲਮਟ ਦੀ ਕੀ ਪ੍ਰੋਬਲਮ ਆ? ਬਿਲਕੁਲ ਭਜਨ ਸਿੰਘ ਜੀ, ਮੈਂ ਹੋਰ ਵੀ ਮੇਰੇ ਨਾਲ ਕਾਲਰ ਜੁੜ ਰਹੇ ਨੇ, ਉਹਨਾਂ ਦੇ ਵੀ ਵਿਚਾਰ ਜਾਣ ਲੈਂਦੇ. ਠੀਕ ਹੈ, ਮੈਂ ਸਮਝਦਾ. ਦੇਖੋ ਮਤਲਬ ਜਿਹੜਾ ਸੇਫਟੀ ਦਾ ਇਸ਼ੂ ਆ, ਇਹ ਸਿੱਖ ਧਰਮ ਦੇ ਜਿਹੜੇ ਲੀਡਰ ਆ ਉਹਨਾਂ ਦਾ ਫਰਜ਼ ਬਣਦਾ ਜੀ ਜੀ, ਉਹ ਤਸਵੀਰ ਸਾਫ਼ ਕਰਨ. ਜੀ ਬਿਲਕੁਲ, ਇਹ ਸੇਫਟੀ ਦਾ ਇਸ਼ੂ ਆ. ਜੀ ਜੀ, ਤਸਵੀਰ ਸਾਫ਼ ਕਰਨ, ਜਿਹੜੀ ਇਹ ਤਸਵੀਰ ਹੁਣ ਇਸ ਟਾਈਮ ਧੁੰਦਲੀ ਹੋਈ ਹੋਈ ਹੈ ਉਹਨੂੰ ਜ਼ਰੂਰ ਸਾਫ਼ ਕਰਨ. ਬਹੁਤ ਬਹੁਤ ਧੰਨਵਾਦ ਹਰਭਜਨ ਸਿੰਘ ਜੀ, ਤੁਸੀਂ ਗੱਲ ਸਾਡੇ ਨਾਲ ਸਾਂਝਾ ਕੀਤੀ. ਫਿਲਹਾਲ ਮੈਂ ਇੱਕ ਨਿੱਕੇ ਜਿਹੇ ਵਕਫੇ ਰੁਕ ਰਿਹਾ, ਮੈਂ ਵੇਖ ਪਾ ਰਿਹਾ ਤੁਸੀਂ ਮੈਨੂੰ ਕਾਲ ਕਰ ਰਹੇ ਹੋ. ਜੇਕਰ ਤੁਸੀਂ ਵੀ ਆਪਣੇ ਵਿਚਾਰ ਮੇਰੇ ਨਾਲ ਸਾਂਝਾ ਕਰਨਾ ਚਾਹੁੰਦੇ ਹੋ ਤਾਂ ਹੇਠ ਲਿਖੇ ਨੰਬਰ ਦੇ ਉੱਤੇ ਤੁਸੀਂ ਵੀ ਕਾਲ ਕਰ ਸਕਦੇ ਹੋ ਔਰ ਆਪਣੀ ਗੱਲ ਮੇਰੇ ਨਾਲ ਰੱਖ ਸਕਦੇ ਹੋ. ਫਿਲਹਾਲ ਇੱਕ ਨਿੱਕੇ ਜਿਹੇ ਵਕਫੇ ਲਈ ਇੱਥੇ ਰੁਕ ਰਿਹਾ.